सो फाइनली मैंने डिसाइड कर लिया है कि मैं बैक होम इंडिया हमेशा के लिए जा रही हूँ. बहुत टाइम लगा यहाँ पर, स्ट्रगल करा लेबर जॉब से स्टार्ट करके. आज मैं एक अच्छी पोजीशन पर हूँ. राइट नाउ आई एम अ नर्स, बट स्टिल वो खुशी नहीं है जो अपने इंडिया में मिलती थी. वो कल्चर, माहौल, अपनी फैमिली, फ्रेंड्स, फंक्शंस, वो सब बहुत मिस करती थी. तो हमेशा सोचती थी कि मुझे वापस जाना चाहिए, क्योंकि इससे पहले कि ज़्यादा देर हो जाए, मैं अपनी सेटलमेंट टाइम से वहाँ पहुँच कर भी कर सकती हूँ. और यहाँ पर ज़्यादा से ज़्यादा क्या होता है, हम अपना घर ले लेते हैं, वो भी 25 साल के लिए. मॉर्गेजेस भरो, गवर्नमेंट के अकॉर्डिंग उसके टैक्स भरो, जितना ज़्यादा वो करेगी टैक्स हमें पे करना पड़ेगा. जो 30 साल 35 साल के बाद जब हम ओल्ड एज में हो जाते हैं तो बोलते हैं कि पकड़ो की और अब घर हो आपका. ਉੱਥੇ ਦੋਸਤੋ ਇਹ ਕੁੜੀ ਕਈ ਸਾਲ ਆਸਟ੍ਰੇਲੀਆ ਵਿੱਚ ਸਖਤ ਮਿਹਨਤ ਕਰਨ ਤੋਂ ਬਾਅਦ ਵਾਪਸ ਇੰਡੀਆ ਆਉਣ ਦਾ ਫੈਸਲਾ ਲੈਂਦੀ, ਜਿੱਥੇ ਉਸਦੇ ਮਨ ਨੂੰ ਸਕੂਨ ਅਤੇ ਸ਼ਾਂਤੀ ਮਿਲਦੀ ਹੈ. ਉੱਥੇ ਦੋਸਤੋ ਲੋਕਾਂ ਦੇ ਇਸ ਪ੍ਰਤੀ ਕੀ ਵਿਚਾਰ ਹਨ, ਲੈ ਚੱਲਦਾ ਤੁਹਾਨੂੰ ਵੀ ਉਹਨਾਂ ਕੁਝ ਕਮੈਂਟਾਂ ਦੇ ਵੱਲ. ਉੱਥੇ ਕਬੀਲੇ ਦਾ ਵਾਪਸ ਮੁੜਨ ਵਾਲਾ ਕੀੜਾ ਵੀ ਕੱਢ ਲੈਣਾ ਚਾਹੀਦਾ ਹੈ. ਇਹ ਵੀ ਬੈਠ ਕੇ ਬੁਢਾਪੇ 'ਚ ਫਿਰ ਝੁਰਨ ਨਾਲੋਂ ਕੀ ਮੁੜੇ ਨਹੀਂ ਸੀ. ਉੱਥੇ ਅਗਲੇ ਵੀਲੇ ਦਾ ਵਾਪਸ ਮੁੜਨਾ ਜ਼ਰੂਰੀ ਹੈ. ਮਿਹਨਤ ਕਰੋ ਅਤੇ ਪੈਸਾ ਇੰਡੀਆ ਵਰਤੋ, ਪੰਜਾਬ ਵਰਗੀ ਮੌਜ ਅਤੇ ਸਕੂਨ ਕਿਤੇ ਨਹੀਂ. ਅਤੇ ਅਗਲੇ ਵੀਰੇ ਦਾ ਬਾਈ ਵਾਪਸ ਤਾਂ ਮੁੜਨਾ ਪੈਣਾ ਕਿਸੇ ਨਾ ਕਿਸੇ ਦਿਨ, ਨਹੀਂ ਤਾਂ ਬਲੱਡ ਲਾਈਨ ਖਤਮ ਹੋ ਜਾਊ. ਬਾਕੀ ਮਾਲਕ ਦੀ ਮਰਜ਼ੀ. ਬਾਕੀ ਦੋਸਤੋ ਤੁਹਾਡੇ ਇਸ ਪ੍ਰਤੀ ਕੀ ਵਿਚਾਰ ਹਨ, ਇਸ ਕੁੜੀ ਨੇ ਫੈਸਲਾ ਸਹੀ ਲਿਆ ਜਾਂ ਫਿਰ ਨਹੀਂ, ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ. ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ. ਦਿਓ ਇਜਾਜ਼ਤ, ਰੱਬ ਰੱਖਾ.